हो गई क्या? फिर चलिए, चलो छोड़ो। चल फिर। ਸਮਝ ਲੱਗਣੀ ਹੈ ਮੈਨੂੰ। ਆਹੋ ਬੜੀ ਸੋਹਣੀ ਲੱਗਣੀ। ਚੱਲ ਉਦਾਂ ਨਾ ਭਾਵੇਂ ਮੇਰੀ ਗੱਲ ਦਾ ਕਰਿਓ ਗੁੱਸਾ। ਬਾਬਾ ਬੜੀ ਸੋਹਣੀ ਲੱਗਣ ਨਹੀਂ ਹੈ ਤੂੰ, ਠੀਕ ਆ? ਤੁਹਾਨੂੰ ਤਰੀਫ ਹੀ ਨਹੀਂ ਕਰਨੀ ਆਉਂਦੀ। ਬੰਦਾ ਕਹਿੰਦਾ ਸੁੱਖ ਆਤ ਐਂਡ ਇਹਨਾਂ ਨਾ ਸੁੱਖ ਜਿੰਨਾ ਸੂਟ ਮਹਿੰਦੀ ਆ ਤੇ ਤੇ ਜੱਚਣ ਡਿਆ ਹਣਾ ਇੰਨਾ ਹੋਰ ਕਿਸ ਤੇ ਨਹੀਂ ਜੱਚਣ। ਚੱਲ ਬਾਬਾ ਇੰਨੀ ਸੋਹਣੀ ਪਾਇਆ ਤੇ ਸੂਟ ਦਾ ਰੂਪ ਬਣ ਗਿਆ, ਨਹੀਂ ਤੇ ਸੂਟ ਨੂੰ ਪੁੱਛਣਾ ਕਿੰਨੇ ਐਦਾਂ ਸੋਹਣੀ ਸੋਹਣੀ। ਚੱਲ ਚੱਲੀਏ ਹੁਣ ਫਿਰ। ਚੱਲਦੇ ਆ ਬਾਬਾ, ਕਿਤੇ ਮੇਰੀ ਵੀ ਸੁਣ ਲਓ, ਕਿਤੇ ਮੈਨੂੰ ਵੀ ਖੁਸ਼ ਕਰ ਦਿਆ ਕਰੋ ਤਾਰੀਫ ਕਰ ਕਰ ਕੇ ਕਿ ਨਹੀਂ। ਪਹਿਲਾਂ ਜਦੋਂ ਨਵਾਂ ਨਵਾਂ ਵਿਆਹ ਹੋਇਆ ਵੀਡੀਓ ਕਾਲ ਕਰਨੀ ਕਿਤੇ ਮਾੜੀ ਜੀ, ਮੇਰੇ ਤਾਂ ਨੇਲ ਪੇਟ ਗੱਤੀ ਹੋਣੀ। ਜਾ ਪਹਿਲਾਂ ਫਿਰ ਮੈਂ ਤੇਰੇ ਨਾਲ ਗੱਲ ਕਰਨੀ, ਫਿਰ ਨੇਲ ਪੇਟ ਲਾ ਹੈ ਜੇ ਮੈਂ ਤਿਆਰ ਨਾ ਹੋਈ। ਹੁਣ ਸੁੱਖ ਕਿੰਨਾ ਟਾਈਮ ਆ ਗਿਆ ਅੱਜ ਤੱਕ ਤੂੰ ਤਿਆਰ ਨਹੀਂ ਹੋਈ, ਤੇ ਜੇ ਹੁਣ ਮੈਂ ਤਿਆਰ ਹੋ ਕੇ ਵਿਖਾਉਂਦੀ ਹਾਂ ਤੇ ਹੁਣ ਤੁਹਾਨੂੰ ਦਿਖਦਾ ਹੀ ਹੈਗਾ। ਮੈਂ ਨਾ ਮੈਂ ਜੇ ਤੁਹਾਨੂੰ ਫੋਨ ਕਰਦਾ ਸਾਬੀ ਮੈਂ ਕੱਪੜੇ ਲੈਣ ਚੱਲਦੀ, ਸਭ ਤੋਂ ਜੈਲੋ ਕਲਰ ਲਈ ਤੇ ਜੈਲੋ ਬੜਾ ਸੋਹਣਾ ਲੱਗਦਾ। ਠੀਕ ਹੈ ਹੁਣ ਨਹੀਂ ਮੈਂ ਤੇ ਜੈਲੋ ਸੋਹਣਾ ਲੱਗਦਾ। ਮੈਂ ਹੁਣ ਚੋਪੀ ਆ, ਚੋਪੀ ਠੀਕ ਆ, ਹੁਣ ਵੀ ਮੈਂ ਉਹੀ ਆ। ਚੱਲ ਫਿਰ ਤੁਸੀਂ ਪਰਨਾ ਫੇਰ ਉਹੀ ਬੰਨ ਲਿਆ ਜੇ ਤੈਨੂੰ ਪਤਾ ਨਾ ਪਰਨੇ ਮੈਨੂੰ ਇਹੋ ਹੀ ਸੋਹਣੇ ਲੱਗਦੇ ਆ, ਕਲਰ ਮੇ ਤੇ ਨੀਲਾ ਹੀ ਸਹੀ ਲੱਗਦਾ ਯਾਰ। ਆ ਜਿਹੜਾ ਆ ਰੰਗ ਦਾ ਪਰਨਾ ਲਿਆਂਦਾ ਵਾ ਆ ਕੋਕੋ ਕੋਲਾ ਜਾ ਬਰਾਉਨ ਜਾ, ਆਹੋ ਤੇ ਇਹ ਬੰਨਿਆ ਸੀ ਉਦਣ ਮੈਂ, ਵੇਖਣ ਨੂੰ ਨਹੀਂ ਜੀ ਕਰਦਾ, ਰੰਗ ਹੀ ਉਹ ਪਰਨੇ ਨਾਲ ਹੀ ਰਲ ਗਿਆ। ਚਲ ਆਓ ਫਿਰ ਪੈਂਦਾ ਕਰੋ। ਤੁਰਨਾ ਫਿਰਨਾ ਕਿੱਥੇ ਆ, ਮੈਨੂੰ ਇੱਕ ਕੰਮ ਸੀਗਾ, ਨਾਲੇ ਕਹਿੰਦੀ ਘੁੰਮ ਫਿਰ ਆਉਂਦੇ ਆ, ਨਾਲੇ ਮੈਂ ਠੀਕ ਨੀ, ਮੈਂ ਦਵਾਈ ਲੈ ਆਉਂਦਾ ਵਾ। ਉਹ ਤੇ ਗੱਲ ਠੀਕ ਆ, ਠੀਕ ਨੀ ਠੀਕ ਨੀ ਮੈਨੂੰ ਤਾਂ ਪਹਿਲਾਂ ਸੁਣਾਈ ਜਾਂਦਾ ਵੀ ਭਾਬੀ ਕੋਈ ਗੱਲ ਨਾ ਸੁਣਾ ਦੇ, ਵੇ ਤੈਨੂੰ ਚਾਹ ਕੋਈ ਨੀ ਚੜਿਆ ਸਾਡੇ ਘਰ ਦਾ। ਉਹ ਆਵਾਂਗੇ ਭਾਬੀ, ਟਾਈਮ ਵੀ ਖੁੱਲਾ ਹੋਵੇ ਤੇ ਫਿਰ ਬੰਦਾ ਆਵੇ, ਤੁਹਾਡਾ ਘੁੰਮਣ ਘੁਮਾਉਣੀ ਨੀ ਮੁੱਕਦਾ, ਇੱਕ ਸਰੀਰ ਨੀ ਠੀਕ। ਆ ਵੇਖ ਲਾ ਦੋ ਤਿੰਨ ਦਿਨ ਹੋ ਗਏ ਆਏ ਨੂੰ, ਵੇ ਤੇ ਤੂੰ ਟੈਲਾ ਨੂੰ ਝਾਤੀ ਨਾ ਮਾਰੀ ਗਈ। ਨਹੀਂ ਮੈਂ ਦੱਸਿਆ ਵੇ ਵੀ ਟੈਲਾ ਲਾਉਣ ਦੇ, ਦੀਦੀ ਹੁਣੀ ਕਹਿੰਦੇ ਚੱਲ ਲੱਗ ਹੀ ਜਾਣ, ਜ਼ੁਕਾਮ ਤੇ ਅੱਗਾ ਹੋਇਆ ਵਾ ਤੇ ਘੱਟਾ ਚੜਦਾ, ਕਹਿੰਦੇ ਚੱਲ ਲੱਗ ਹੀ ਜਾਣ ਫੇਰ ਹੀ ਮੈਂ ਜਾਣਾ ਵੇਖਣ, ਘੱਟਾ ਘੁੱਟਾ ਜਾ ਹਟ ਜੇ ਨਾ। ਵੇ ਤੈਨੂੰ ਘੱਟਾ ਜ਼ਿਆਦਾ ਚੜਦਾ, ਇੱਥੇ ਤੱਕ ਘੱਟੇ ਛਾਣਦਾ ਹੀ ਗਿਆ ਵਾ, ਫੇਰ ਕੀ ਹੋਇਆ ਹੁਣ ਤੱਕ ਗਿਆ ਤੇ। ਉਹ ਭਾਬੀ ਤੁਹਾਨੂੰ ਪਤਾ ਸ਼ੁਰੂ ਤੋਂ ਮੈਨੂੰ ਅਲਰਜੀ ਆ, ਨਹੀਂ ਹਟਦੀ, ਇਹ ਛਿੱਕਾਂ ਆਈ ਜਾਣੀਆਂ ਵਾ। ਕਿੱਥੇ ਫਿਰ ਕਿੱਥੇ ਚੱਲੇ ਤੁਸੀਂ? ਇਹਨਾਂ ਨੂੰ ਦਵਾਈ ਲੈਣੀ ਹੈ ਤੇ ਨਾਲੇ ਮੈਂ ਬਾਹਰੋਂ ਕੁਛ ਦੀਦੀ ਖਾ ਪੀ ਆਉਂਦੀ ਹਾਂ। ਆ ਤੇ ਕੰਮ ਤੁਸੀਂ ਚੰਗਾ ਹੀ ਕੀਤਾ, ਇਹ ਤੇ ਘਰੇ ਹੀ ਬੜੀਆਂ ਰਹਿੰਦੀਆਂ, ਨਾ ਕਿਤੇ ਜਾਣਾ ਨਾ ਆਉਣਾ। ਚੱਲ ਹੁਣ ਇਦਾਂ ਕਰੀ ਵੀ ਇੱਕ ਟਾਈਮ ਦੀ ਘਰ ਖਾਇਓ, ਬਾਕੀ ਬਾਹਰੇ ਘੁਮਾ ਕੇ ਲਿਆਈ। ਠੀਕ ਆ, ਤੁਹਾਨੂੰ ਪਤਾ ਸਾਡੀ ਤੇ ਸੱਸ ਦਾ ਹੀ ਨਹੀਂ ਦੀਦੀ ਘੁੰਮਣ ਫਿਰਨ ਮੁੱਕਦਾ, ਤੇ ਸਾਡਾ ਕਿੱਥੇ ਜਾਇਆ ਜਾਣਾ ਸਾਡੇ ਕੋਲੋਂ। ਭੈਣਾ ਤੁਸੀਂ ਆਖ ਲੋ ਗੀਆਂ ਤੇ ਕੋਈ ਗੱਲ ਨੀ, ਜੇ ਮੈਂ ਗੱਲ ਕਰਤੀ ਤੇ ਪੁੱਤਾਂ ਨੂੰ ਤੇ ਪਹਿਲਾਂ ਹੀ ਗੁੱਸਾ ਲੱਗ ਜਾਣਾ। ਉਹ ਕਿਤੇ ਨਹੀਂ ਲੱਗਦਾ ਦੀਦੀ, ਪਤਾ ਹੀ ਹੈ ਸਾਰਾ ਕੁਛ ਇਹਨਾਂ ਨੂੰ, ਇਹਨਾਂ ਦੀ ਜਿਹੜੀ ਅੱਜ ਨਵੀਂ ਗੱਲ। ਸੁੱਖ ਘਰ ਦੀ ਗੱਲ ਨਾ, ਘਰ ਹੀ ਰਵੇ ਤੇ ਚੰਗੀ ਆ, ਬਾਹਰ ਨਹੀਂ ਨਿਕਲਣੀ ਚਾਹੀਦੀ। ਉਹ ਬਗਾਨੀ ਆ, ਮੈਂ ਬਗਾਨੀ, ਅੱਜ ਮੈਂ ਬਗਾਨੀ ਹੋ ਗਈ। ਉਹ ਨਹੀਂ ਭਾਬੀ, ਜਦੋਂ ਘਰ ਬਾਹਰ ਅੱਡ ਹੋ ਜਾਣ ਫਿਰ ਇਹੋ ਹੀ ਚੀਜ਼ਾਂ ਹੋ ਜਾਂਦੀਆਂ ਵਾ। ਅੱਛਾ ਨਾ ਤਾਈ ਦਾ ਅੱਗੇ ਤੇ ਮੈਨੂੰ ਭੁੱਲ ਸੀ, ਕੋਈ ਭੇਤ ਹੀ ਨਹੀਂ, ਤਾਈ ਤੇ ਮੇਰੇ ਤੋਂ ਬੜੀ ਦੂਰ ਰਹਿੰਦੀ ਆ। ਸਾਬੀ ਸਿਆਣਾ ਜਰਾ ਕੋ ਘੱਟ ਹੀ ਬਣਿਆ ਕਰ, ਜ਼ਿਆਦਾ ਨਹੀਂ ਬਾਹਰ ਰਹਿ ਕੇ ਸਿਆਣਾ ਬਣ ਗਿਆ। ਚੱਲ ਤੂੰ ਆਏ ਮੰਮੀ ਆ ਲੱਗਿਆ ਅੱਡੇ ਲਾਏ, ਮੈਂ ਚੱਲੀ ਤੇ ਮੈਂ ਮੰਮੀ ਵਾਲ ਲਿਆ, ਤੁਸੀਂ ਟੱਕਰ ਗਏ ਤੇ ਮੈਂ, ਮੈਨੂੰ ਦੇਖ ਤੇਰੇ ਤੇ ਬੜਾ ਗੁੱਸਾ। ਚਲੋ ਕੋਈ ਗੱਲ ਨਹੀਂ ਦੀਦੀ, ਗੁੱਸਾ ਠੰਡਾ ਕਰੋ, ਕੋਈ ਨਹੀਂ ਹੁਣ ਜਦੋਂ ਆਉਂਦੇ ਆ ਨਾ ਫਿਰ ਤੁਹਾਡੇ ਵੱਲ ਹੀ ਆਉਂਦੇ ਆ। ਕੋਈ ਨਹੀਂ ਆਉਂਦੇ, ਫਿਰ ਸਿੱਧੇ ਉਧਰ ਹੀ ਆਉਂਦੇ, ਨਹੀਂ ਬਾਹਰੋਂ ਕੋ ਖਾਣੇ, ਸਿੱਧਾ ਤੁਹਾਡੇ ਘਰ ਆਣ ਕੇ ਕੋ ਖਾ ਪੀ ਲੈਣੇ। ਵੇ ਆਓ ਤੇ ਸਹੀ, ਮੈਂ ਤਾਂ ਚਾਰ ਚਾਰ ਚੀਜ਼ਾਂ ਬਣਾਵਾਂ, ਤੁਹਾਡੇ ਤੇ ਅੱਜ ਕੱਲ ਨਖਰੇ ਨਹੀਂ ਮਾਣ ਹੈ, ਨਹੀਂ ਹੁਣ ਚੰਗੀ ਜੇਬ ਢਿੱਲੀ ਕਰਾ ਕੇ ਆਈ ਹਾਂ। ਨਹੀਂ ਖਾ ਪੀ ਕੇ ਆਉਂਦੇ, ਮੁੜ ਕੇ ਸਿੱਧਾ ਤੁਹਾਡੇ ਘਰ ਹੀ ਆਣ ਕੇ ਚਾਹ ਪੀਨੇ ਆ। ਆਇਓ ਤੁਸੀਂ ਉਧਰ ਹੀ ਆਇਓ ਜੀ। ਠੀਕ ਆ ਚਲੋ ਫਿਰ ਚੱਲੀ, ਕੱਲ ਲੋਕੀ ਉਹ ਨੈਕਲੈਸ ਆਰਟੀਫਿਸ਼ੀਅਲ ਜਿਹੜੇ ਉਹ ਚੇਂਜ ਕਰਦੇ ਰਹਿੰਦੇ, ਤੁਸੀਂ ਇਹੀ ਕਰਦੇ ਰਹਿੰਦੇ ਹੋ ਤੇ ਫਿਰ ਕੀ ਹੋ ਗਿਆ ਪੁੱਤ? ਪਾਉਣ ਨੂੰ ਬਣਾਏ ਆ, ਜ਼ਿੰਦਗੀ ਆ, ਚੱਲ ਜਿੰਚਾ ਹੰਡਾਓ ਪਾਓ ਫਿਰ ਕੀ। ਉਹ ਤੇ ਠੀਕ ਹੈ, ਤੈਨੂੰ ਕਾਲ ਨਹੀਂ ਪੈਂਦੀ? ਨਾ ਪੁੱਤ, ਮੈਂ ਸ਼ੁਰੂ ਤੋਂ ਪਾਉਂਦੀ, ਮੈਨੂੰ ਨਹੀਂ ਖਾ ਪੈਂਦੀ, ਬਸ ਮੇਰਾ ਖਾਲੀ ਖਾਲੀ ਗੱਲ ਬੁਰਾ ਲੱਗਦਾ। ਗਰਮੀ ਨਾ ਤੇ ਸਾਡੇ ਕੋਲ ਤੇ ਚੈਨ ਨਹੀਂ ਪੈਂਦੀ। ਚੱਲ ਤੁਸੀਂ ਨਾ ਪਾਇਆ ਕਰੋ, ਸਾਡੇ ਕੋਲ ਨਹੀਂ ਪੈਂਦੀ। ਆਹੋ ਦਾਈ ਜੀ, ਆਪੋ ਆਪਣਾ ਮਾਨ ਆ। ਹਾਂਜੀ, ਤੇ ਕਿੱਧਰ ਗਏ ਆ ਨਿੱਕੀ? ਨਿੱਕੀ ਪੁੱਤ ਫਿਰਨ ਤੋਂ ਬਣਾਉਂਦੀ, ਮੈਂ ਜਾਣਾ ਕੋਈ ਖਾ ਪੀ ਕੇ ਆਉਣਾ, ਮੈਂ ਤੇ ਵੱਡੀ ਨੇ ਵੀ ਆਖਿਆ ਤੂੰ ਵੀ ਚੱਲ ਜਾ। ਤੇ ਖਾਣ ਪੀਣ ਨੂੰ ਤੁਸੀਂ ਘਰ ਨਹੀਂ ਬਣਾਉਂਦੇ?
मिल गिर लेंदा ये पता नहीं लगा तेरी सुख नूं भी उधरों भी होया दीदी वालों मैं तो तेरे घर चार गेड़े मार जानी आहो चल कोई नहीं आऊगा जी आना मैंने इतने ही आंदा वा ना हूं तो मैं आखूंगी भी जा रहूगा कि आऊगा होना क्यों नहीं आए ना हमने इतना गए होने खान पीने तो चले गए मैं तो बलजीत आख्या तू चल जा उस टाइम गई नहीं आखन नहीं है भी जे चल ओ आया ही तो दोवां जनियां नूं लै जांदा खान पीन की गल उन्हें कल्ली नहीं जाना ही बिलकुल सच हो गया कहिंदे भी जो भी इंडिया च आंदा एक बंदा भी मैं जाना वा आंदा सारे घर दे बाहरों बाहरी आ मेन्यू फड़ दे आंदा ऑर्डर पर कोई भी नहीं करदा आंदा सब तो औखा इंडिया वाले नूं ऑर्डर करना लगदा ਸਿੱਧਾ ਕਹੋ ਹਾਂ ਵੀ ਮੈਂ ਖਾਣਾ ਰੀਨਾ ਤੂੰ ਖਾ ਲਾ ਆਹੋ ਮੈਂ ਤੇ ਖਾਣਾ ਰੀਨਾ ਵਾ ਚਲ ਫਿਰ ਮੇਰਾ ਰੱਦਾ ਵਾ ਵੀ ਆ ਕੀ ਕਰੀਏ ਆ ਲਾਈਟ ਜੇ ਕਰਵਾ ਲਾ ਸੈਂਡਵਿਚ ਕਰਵਾ ਲਾ ਸੈਂਡਵਿਚ ਨਹੀਂ ਖਾਣੀ ਮਲਾਈ ਚਾਪ ਖਾ ਲਈ ਮਲਾਈ ਚਾਪ ਕਰਾ ਲਾ ਨਹੀਂ ਨਹੀਂ ਜੇ ਖਾਣੀ ਫਿਰ ਚਲ ਤੂੰ ਖਾ ਲਾ ਬਾਬਾ ਕੱਲੀ ਹੀ ਖਾ ਲਾ ਰੱਜ ਲਾ ਮਾਰਿਓ ਆਵਾਜ਼ ਨੂੰ ਹੈਲੋ ਹਾਂ ਬੋਲੋ पिछे होटल भी बना डे वीर कहिंदा भी पैलेस भी बनाउणा ਉਹ ਡੇ ਸਾਰਾ ਕੰਮ ਕਰ ਬਾਊ ਉਹਦਾ ਵੀ ਮਨ ਨਹੀਂਗਾ ਜਾਣ ਦਾ ਆਪ ਹੀ ਨਹੀਂ ਗਈ ਤੇ ਫਿਰ ਉਹ ਵੀ ਆਂਦੇ ਪਈ ਇਕੱਲੇ ਜਾਣਾ ਗਏ ਤੇ ਨਹੀਂ ਪਰ ਸਭ ਤੋਂ ਪਹਿਲਾਂ ਵੱਡੇ ਘਰ ਚ ਤੁਸੀਂ ਹੈ ਉਤੋਂ ਥੱਲੇ ਫਿਰ ਚਲੋ ਭਾਜੀ ਤੇ ਭੈਣ ਜੀ ਆ ਜਾਂਦੇ ਦੀਦੀ ਆ ਜਾਂਦੇ ਆ ਹੈ ਤੇ ਉਹਨਾਂ ਦਾ ਫਰਜ਼ ਤੇ ਹੈਗਾ ਹੀ ਸੀ ਨਾ ਚੱਲ ਪੁੱਤ ਨਿਆਣੀ ਮੱਤ ਵਾਜੀ ਨਿਆਣੀ ਮੱਤ ਕਾਦੀ ਤਾਈ ਜੀ ਉਹ ਤੇ ਖੰਭਾਂ ਤੇ ਉੱਡਣ ਡਏ ਆ ਜਿਉਂ ਜਿਉਂ ਤਾਂ ਹੁਣੇ ਆ ਜ਼ਿਆਦਾ ਉਮਰ ਵੱਧਦੀ ਜਾਣੀ ਤੇ ਉਤੋਂ ਅੱਖ ਲਾਈ ਜਾਣੀ ਆ ਅਕਲ ਤੇ ਤਾਈ ਜੀ ਜਿੰਨੀ ਕੌਣੀ ਉੰਨੀ ਕੀ ਆਉਣੀ ਆ ਮੈਨੂੰ ਲੱਗਦਾ ਵੀ ਤੁਸੀਂ ਵੀ ਤਿਆਰ ਚਿਰ ਹੋ ਕੇ ਬਸ ਤੁਹਾਡਾ ਆਪਣਾ ਸ਼ੌਂਕ ਆ ਤੇ ਤੁਹਾਨੂੰ ਵੀ ਇੰਨਾ ਵੱਲ ਧਿਆਨ ਹੀ ਨਹੀਂ ਆਉਂਦਾ ਪੁੱਤ ਧਿਆਨ ਤੇ ਦਈਦਾ ਵਾ ਹੁਣ ਤਾਂ ਉਹਦਾ ਵੀ ਮਨ ਸੀਗਾ ਵੀ ਮੈਂ ਹੁਣ ਕੱਲੀ ਜਾਵਾਂ ਚੜ ਕੇ ਤੇ ਮੈਂ ਕਿਹਾ ਚੱਲ ਚੱਲ ਜਾਏ ਤੇ ਜਾਂਦੇ ਆਉਂਦੇ ਰਹਿੰਦੇ ਚੱਲ ਆਪੇ ਵੀ ਦੋਈ ਚੱਲ ਜਾਣਗੇ ਕੋਈ ਗੱਲ ਇਹਨਾਂ ਨੂੰ ਕਿਹੜੀ ਹੰਕਾਰੀ ਆ ਕੋਈ ਮਾੜੀ ਗੱਲ ਆ ਕੱਲੀ ਜਾਣ ਵਾਲੀ ਚੱਲ ਕੋਈ ਗੱਲ ਨਹੀਂ ਚੱਲ ਬੁਲਾਓ ਆਵਾਜ਼ ਤੇ ਮਾਰੋ ਉਹਨਾਂ ਨੂੰ ਹੁਣ ਆ ਜਾਂਦੇ ਆ 2 ਮਿੰਟ ਆਇਓ ਸਾਰੇ ਉਹਨਾਂ ਦੇ 2 ਮਿੰਟ ਹੀ ਨਹੀਂ ਹੁੰਦੇ ਨਹੀਂ ਚੱਲ ਆ ਜਾਂਦੇ ਆ ਘਰ ਕੀ ਕਰਨੋਂ ਖੜਨਾ ਘਰ ਫਿਰ ਇੱਕ ਥੋੜੀ ਖੜਨਾ ਪੈਣਾ ਦੋ ਤਿੰਨ ਖੜਨੇ ਪੈਣੇ ਨਾਲੇ ਮੈਂ ਸਾਰੀ ਉਮਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੀ ਵੀ ਕੋਈ ਚੀਜ਼ ਜਿਹੜੀ ਆਪ ਕਦੀ ਘਰ ਨਹੀਂ ਲੈ ਗਈ ਫਿਰ ਠੀਕ ਆ ਉਹਨਾਂ ਨੂੰ ਵੀ ਪਤਾ ਤੇ ਨਾ ਹੀ ਆ ਆਦਤ ਪਾਈ
ਜਦੋਂ ਆਪਾਂ ਤੁਰੇ ਬਾਹਰ ਆਉਣਾ ਉਦੋਂ ਉਹਨਾਂ ਨੇ ਸੁਨਾਹ ਦੇ ਦਿਆ ਕਰਨਾ, ਆਹ ਪੈਕ ਕਰਾ ਲਿਆਇਆ ਤੇ ਉਹ ਪੈਕ ਕਰਾ ਲਿਆਇਓ, ਪੈਸੇ ਵਾਰੀ ਉਹਨਾਂ ਨੇ ਕੰਮ ਨੀ ਕਰਨੇ। ਡੰਡੇ ਜੇ ਵਿਚ ਲਾ ਕੇ ਇਹਨਾਂ ਨੂੰ ਪਕਾਉਂਦੇ ਏਦਾਂ ਵੀ ਕਰਦੇ ਹੋਣਗੇ ਤੇ ਡੰਡਿਆਂ ਨਾਲ ਹੀ ਪੱਕਦੇ ਆ ਇਹ, ਹੋਰ ਡੰਡੇ ਨਾਲ ਵਿਖਾ ਲੈਣ ਹੁਣ ਸਾਹਮਣੇ ਲਿਆ ਕੇ। ਓਦਾਂ ਮੈਂ ਪੁੱਛਿਆ ਕਿ ਇਹਦਾ ਵੱਡੇ ਰੈਸਟੋਰੈਂਟ ਇਹਨਾਂ 'ਚ ਵੀ ਇਦਾਂ ਹੀ ਹੁੰਦਾ ਵਾ? ਹਾਂ ਇਦਾਂ 'ਚ ਵੀ ਇਦਾਂ ਹੁੰਦਾ। ਤੁਸੀਂ ਤਾਂ ਖਾਣੇ ਨਹੀਂ? ਚੱਲ ਮੈਂ ਥੋੜਾ ਟੇਸਟ ਹੀ ਕਰਨਾ, ਚੈੱਕ ਹੀ ਕਰਨਾ। ਜੀ ਹੋ ਗਿਆ ਨਾ, ਹੁਣ ਪਾਇਆ ਕਰ। ਕੀ ਨੁਕਸਾ ਚ ਨਮੀ ਦੀ ਕਦੋਂ ਦੀ ਆਈ ਆ? ਦੀਦੀ ਮੈਂ ਤਾਂ ਹੁਣੇ ਆਈ, ਤੁਸੀਂ ਕਿੱਥੇ ਗਏ ਸੀ? ਮੈਂ ਲੀੜੇ ਲਵਾਂ ਗਈ ਕੋਠੇ ਤੋਂ, ਮੈਂ ਜਸਾਈ ਘੜੀ ਪਏ ਰਹਿਣ ਨਾ ਫਿਰ ਰੰਗ ਉੱਡ ਜਾਂਦਾ ਕੱਪੜਿਆਂ ਦਾ, ਤਾਂ ਕਰਕੇ ਗਈ ਹਾਂ। ਦੱਸ ਤੁਸੀਂ ਕੱਪੜੇ ਲਾਉਣੇ ਆ? ਆਹੋ ਤੇ ਫਿਰ ਮੈਂ ਲਾਉਣੇ, ਫਿਰ ਕੀ ਹੋ ਗਿਆ? ਮੈਂ ਲਾਤੇ ਤੇ ਆਹੋ, ਮੈਨੂੰ ਵੀ ਬਥੇਰਾ ਗੁੱਸਾ। ਕਾਹਦਾ ਗੁੱਸਾ? ਹੁਣ ਹੀ ਤੁਹਾਨੂੰ ਕਿਹੜਾ ਭੁੱਲ ਲਿਆ? ਕਿਹੜੀ ਗੱਲ ਦੀ ਭੁੱਲ ਤੁਹਾਨੂੰ? ਓਤਰਾ ਹੀ ਆ ਵੀ ਤੁਸੀਂ ਆਪਣੀ ਕਿਸੇ ਦੀ ਵੀ ਗੱਲ ਹੋਵੇ ਤੇ ਤੁਸੀਂ ਇਹ ਨੀ ਆਖਣਾ ਹਾਂ ਵੀ ਦੂਜੇ ਬੰਦੇ ਦਾ ਕਸੂਰ ਆ, ਦੂਜੇ ਦੇ ਮੂੰਹ ਹੀ ਸੁਣਨੀ ਹੁੰਦੀ। ਭੈਣਾ ਮੈਨੂੰ ਪਤਾ ਲੱਗ ਗਿਆ ਤੈਨੂੰ ਕਿਹੜੀ ਗੱਲੋਂ ਗੁੱਸਾ ਆ, ਸਭ ਹੀ ਨੀ ਆਇਆ ਤਾਂ ਕਰਕੇ ਗੁੱਸਾ ਵਾ ਤੇ ਆਉਣਾ ਨੀ ਗੁੱਸਾ? ਉਹ ਲਾਵਾਂ ਦੇਣ ਲਈ ਆ, ਕਹਿੰਦੀ ਮੇਰੇ ਘਰ ਨਹੀਂ ਗਿਆ। ਮੰਮੀ ਉਹਦਾ ਤੇ ਬੜਾ ਜੀ ਕਰਦਾ ਸੀ, ਤੈਨੂੰ ਪਤਾ ਉਹਨੂੰ ਪਾਣੀ ਲਾਗ ਹੋ ਜਾਂਦੀ ਜਦੋਂ ਚੀਰੀ ਚੀਰੀ ਆਵੇ, ਤੇ ਉਹ ਤੇ ਆਪ ਨੀ ਸੀ ਠੀਕ ਤੇ ਹੁਣ ਉਹ ਸਗੋਂ ਘੁੰਮਣ ਫਿਰਨ ਚੱਲ ਗਏ ਆ, ਉਹ ਬਦੋ ਬਦੀ ਲੈ ਗਈ ਆ, ਉਹਦਾ ਤੇ ਹੁਣ ਵੀ ਨੀ ਸੀ ਜੀ ਕਰਨ ਡਿਆ ਜਾਣ ਨੂੰ। ਆਹੋ ਘੁੰਮਣ ਫਿਰਨ ਗਿਆ ਤੇ ਭਾਵੇਂ ਉੱਥੋਂ ਹੀ ਆਖੇ ਮੈਨੂੰ ਫੋਨ ਆ ਗਿਆ, ਮੈਂ ਚੱਲ ਗਿਆ, ਫਿਰ ਤੀਜਾ ਚੱਕਰ ਆ ਕਿ ਦੋ ਵਾਰੀ ਅੱਗੇ ਆ ਸਾਡੇ ਘਰ ਨਹੀਂ ਗਿਆ। ਚੱਲ ਕੋਈ ਗੱਲ ਨੀ, ਗੁੱਸਾ ਨਾ ਕਰ, ਹੁਣ ਆਊਗਾ ਨਾ ਉਹਨੂੰ ਮੈਂ ਕਹਿੰਦੀ ਜਾ ਹੋਇਆ ਆਪਣੀ ਭਰਜਾਈ ਵੱਲੋਂ ਨਾਲ ਚਾਹ ਪੀਆ ਉਹਦੀ, ਤੂੰ ਵੀ ਖੁਸ਼ ਹੋ ਜੀ। ਦੀਦੀ ਗੁੱਸਾ ਤੇ ਫਿਰ ਆ ਹੀ ਜਾਂਦਾ ਆਂਢ ਗੁਆਂਢ ਆ, ਹੁਣ ਮੰਮੀ ਆਵੇ ਨਾ ਆਵੇ, ਉਹ ਆਉਣ ਨਾ ਆਉਣ ਪਹਿਲੀ ਗੱਲ ਤੇ ਉਹ ਵੀ ਆਉਂਦੇ ਆ, ਭਾਜੀ ਨੂੰ ਵੀ ਰਾਹ ਗਲੀ ਮਿਲਦੇ ਆ, ਮੈਂ ਤੇ ਤੀਜਾ ਤੀਜਾ ਚਾਰ ਚਾਰ ਚੱਕਰ ਲਾ ਜਾਂਦੀ ਤੁਹਾਡੇ ਘਰ ਇੱਕ ਦਿਨ ਦੇ ਵਿੱਚ ਹੀ। ਚੱਲ ਕੋਈ ਗੱਲ ਨਹੀਂ, ਮੈਂ ਫਿਰ ਉਹ ਗੱਲ ਵੀ ਬੇਵਕੂਫੀ ਆ ਹਨਾ। ਹਾਏ ਹਾਏ ਤੈਨੂੰ ਕਿਹਨੇ ਕਿਹਾ ਬੇਵਕੂਫ ਆ, ਤੂੰ ਆਪਣੇ ਮੂੰਹ ਆਪੇ ਆਖੀ ਜਾਂਦੀ ਆ। ਸਾਰਾ ਟੱਬਰ ਤੇ ਜਾਂਦੇ ਆ ਪੁੱਤ, ਜੋ ਨਹੀਂ ਆਇਆ ਤੇ ਅਸੀਂ ਸਾਰਾ ਟੱਬਰ ਤੁਰੇ ਰਹਿੰਦੇ ਆ। ਹਾਂ ਜੀ ਤੁਸੀਂ ਜਾਂਦੇ ਆ, ਤੁਸੀਂ ਹੁਣ ਆਂਡੀ ਮੰਮੀ ਨੂੰ ਆਪਾਂ ਫ੍ਰੀ ਕੀਤਾ ਤੇ ਫਿਰ ਮੰਮੀ ਨੇ ਜਾਣਾ, ਮੰਮੀ ਫ੍ਰੀ ਆ, ਅਸੀਂ ਤੇ ਕੰਮ ਧੰਦਾ ਕਰਨਾ ਹੁੰਦਾ, ਹੁਣ ਕੋ ਨਹੀਂ ਵੇਲ ਹੁੰਦਾ, ਹੁਣ ਜਦੋਂ ਵੇਲ ਹੁੰਦਾ ਉਦੋਂ ਆਪਾਂ ਆ ਹੀ ਜਾਂਦੇ। ਤੂੰ ਆ ਜਾ ਕਰ ਪੁੱਤ। ਮੈਂ ਤੇ ਆਉਣੀ ਆ ਤਾਈ ਜੀ, ਤੇ ਮੈਂ ਤੇ ਆਉਣਾ ਹੀ ਹੁੰਦਾ ਵਾ। ਤੂੰ ਤਾਂ ਅਸੀਂ ਵੀ ਜਾਂਦੇ ਆ, ਚੱਲ ਜੋ ਟਾਈਮ ਲੱਗਦਾ ਚਲੇ ਜਾਈਦਾ ਵਾ। ਨਹੀਂ ਮੈਨੂੰ ਪਤਾ ਵਾ ਆਈ ਆ, ਕੀ ਕੰਮ ਆਈ ਆ? ਆਹੋ ਦੀਦੀ ਛਾਨਾ ਪੁੱਛਣ ਆਈ ਹਾਂ, ਮੈਂ ਕਿਹਾ ਸਰੋਂ ਛਾਨਣ ਵਾਲੀ ਆ। ਤਦੇ ਹੀ ਫਿਰ ਤਦੇ ਇੰਨੀ ਸ਼ਿਕਾਇਤਾਂ ਲੱਗਣ ਡੀ ਆ, ਓਦਾਂ ਭਾਵੇਂ ਨਾ ਹੀ ਆਉਂਦੀ ਕੰਮ ਨੀ ਆਈ ਆ। ਆਹੋ ਤਾਈ ਜੀ ਕੰਮ ਨੂੰ ਆਉਂਦੀ ਸਹੀ, ਆਦ ਮੈਂ ਜਾਂਦੀ ਆ, ਇਹ ਤੇ ਹੁਣ ਦੀਦੀ ਹੁਣਾਂ ਨੇ ਇਥੋਂ ਕੰਨ ਤੋਂ ਚੀਰੀ ਪੁੱਛਣੀ, ਤੂੰ ਹੀ ਫੜਾ ਜਾ, ਮੈਂ ਤੁਹਾਡੇ ਘਰ ਤੱਕ ਤੇ ਆ ਜਾਂਦੀ ਫਿਰ ਵੀ। ਚੱਲ ਕੋਈ ਨਹੀਂ ਪੁੱਤ, ਚੱਲ ਨਾਮੇ ਦੇਈ ਜਾਈ, ਹੋਰ ਨਾ ਕੋ ਕਰੀ, ਆ ਤੇ ਕੋਲ ਚਾਹ ਬਣਾ ਕੇ ਪੀ ਲਾ। ਨਾ ਨਾ ਦੀਦੀ ਚਾਹ ਨਹੀਂ ਪੀਣੀ, ਕਿਉਂ? ਇਹ ਹੈਗਾ ਛਾਨਣਾ ਤੇ ਦੋ ਤੇ ਮੈਂ ਵੀ ਸਰੋਂ ਛਾਨਣਾ, ਤੇ ਮੰਮੀ ਮੇਰੀ ਤੇ ਅੱਗੇ ਆਂਦੀ ਆ ਤੇ ਤੂੰ ਤੇ ਚਾਰ ਘਰ ਫੇਰ ਆਉਣੀ ਆ ਜਾਂਦੀ ਜਾਂਦੀ। ਕੋਈ ਨਹੀਂ ਪਹਿਲੇ ਕੋਲ ਪੀ ਕੇ ਚੱਲ ਜੀ। ਮੰਮੀ ਵੀ ਕਹਿਣੀ ਨਾ ਮੈਂ ਚਾਹ ਨਹੀਂ ਜੇ ਪੀਣੀ ਤਾਈ ਜੀ, ਮੇਰੀ ਮੰਮੀ ਦਾ ਤੁਹਾਨੂੰ ਪਤਾ ਹੈ, ਮੈਂ ਹੁਣ ਸਾਰੇ ਕੰਮ ਨਿਭਾਉਣੇ ਹੋਣੇ, ਮੈਂ ਤੇ ਹੁਣ ਦਰਾਣੀ ਠਾਣੀਆਂ ਵੱਲ ਵੀ ਆਉਣਾ, ਘਰ ਦੇ ਵੀ ਵੇਖਣੇ। ਚੱਲ ਠੀਕ ਆ ਲੱਗ ਦੇ ਦਵਾਂ ਉੱਥੇ ਬਾਹਰ ਹੀ ਪਿਆ। ਆ ਵੀ ਬੜਾ ਟੇਸਟੀ ਹੁੰਦਾ।
मिस्त्री लगे हाँ मिस्त्री ते अपने थान लगे हूं दस दीदी हूं घटा पीने बंदे बने रही जे घर मिस्त्री लगे हूं ना हड़क मूह ना धोता जाए हड़क तो उतरा धोना टाइम नहीं अज मखोल कर लिया अज तो गां नहीं मखोल करना जा दीदी मैं नहीं मखोल कर दी छानना नहीं देना तुह ना दो तुम तो गुस्सा ही कर गए मेरी छानने वालों तो मैं ना की नहीं लिया दे भेना छानना जे लगता वा उधर दीदी ज्यादा गुस्सा कर दी ताई जी कर दी की बड़ा स्वाद ही एक काम करिए फोटो खिंचो मेरे तरीर बना दो दो घंटे लाने फोटो खिंचन लगे दोबारा खिंचो इतना पंदा गई